हाईकमान ने सीट लाने क्या लगता है कि घुमलोंगे इलाके के लोग जुड़नगे क्योंकि 35 दसया जाता क्या 35 आगू से दावेदार सीट से मनाओगे कहीं रुस्से ही फिरते हैं थोड़े किसी को डरा के या घूर के नहीं कहता हो सकता कोई पुराने कहते हो गल इंदर जस्सी ने अज इस्तीफा देता कहता अपने अहदे तो दूजे पासे ये भी सवाल गल् चल रही कहता जगमोहन सिंह कंग आजाद उम्मीदवार लड़ रहे हैं चोन तो मुकाबला होगा 92 ਵਿੱਚ ਜਦੋਂ ਸਾਨੂੰ ਛੱਡ ਕੇ ਜਗਮੋਹਨ ਕੰਗ ਨੂੰ ਦਿੱਤੀ ਸੀ ਅਸੀਂ ਤਾਂ ਕੋਈ ਨਹੀਂ ਗਏ ਮੈਂ ਤਾਂ ਸਮਝਦਾ ਵੀ ਉਹ ਪਾਰਟੀ ਦਾ ਚੰਗਾ ਸੇਵਾਦਾਰ ਨਹੀਂ ਹੈ ਇਸ ਨੂੰ ਲੈ ਕੇ ਕਈ ਵਾਰ ਇਹ ਕਿਹਾ ਜਾਂਦਾ ਕਹਿੰਦਾ ਕਿ 28-30 ਸਾਲ ਤੋਂ ਸਿੱਖ ਚਿਹਰਾ ਆਉਂਦਾ ਰਿਹਾ ਹਲਕਾ ਖੜ ਦੇ ਵਿੱਚ ਹੁਣ ਹਿੰਦੂ ਚਿਹਰੇ ਨੂੰ ਲੈ ਕੇ ਕਹਿੰਦਾ ਦਾਅ ਖੇਲਿਆ ਕਾਂਗਰਸ ਨੇ ਇਹ ਜਿਹੜਾ ਹਿੰਦੂ ਚਿਹਰੇ ਨੂੰ ਲੈ ਕੇ ਦਾਅ ਖੇਲਿਆ ਗਿਆ ਤਾਂ ਲੱਗਦਾ ਕਿ ਲੋਕ ਦੇਣਗੇ ਸਤਿਕਾਰ ਜਿਤਾਉਣਗੇ ਤੁਹਾਡੇ ਤੋਂ ਲੋਕ ਲੱਗਦਾ ਕਿ ਤੁਹਾਡੇ ਨਾਲ ਲੋਕ ਉਸ ਤਰੀਕੇ ਨਾਲ ਫੋਨ ਆਉਂਦੇ ਨੇ ਕਾਲ ਜਦੋਂ ਵੀ ਟਿਕਟ ਐਲਾਨ ਹੋਈ ਹੈ ਰਾਤ ਨੂੰ ਅਸੀਂ ਵੀ ਬ੍ਰੇਕਿੰਗ ਨਿਊਜ਼ ਚਲਾਈਏ 50,000 ਬੰਦੇ ਨੇ ਕਹਿੰਦਾ ਤੁਹਾਡੀ ਬ੍ਰੇਕਿੰਗ ਨਿਊਜ਼ ਦੇਖੀ ਹੈ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਇਸ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਵੱਲੋਂ ਜਿੱਥੇ ਪਿਛਲੇ ਦਿਨੀ 86 ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਸੀ ਉਸ ਤੋਂ ਬਾਅਦ 23 ਉਮੀਦਵਾਰਾਂ ਦੀਆਂ ਲਿਸਟਾਂ ਕੱਲ੍ਹ ਜਾਰੀ ਹੋਈਆਂ ਨੇ ਉਹਦੇ ਵਿੱਚ ਹਲਕਾ ਖੜ ਤੋਂ ਜਗਮੋਹਨ ਸਿੰਘ ਕੰਗ ਦੀ ਸੀਟ ਕੱਟੀ ਹੈ ਉਸ ਤੋਂ ਬਾਅਦ ਵਿਜੇ ਸ਼ਰਮਾ ਟਿੰਕੂ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਇਸ ਵਾਰ ਵਿਜੇ ਸ਼ਰਮਾ ਟਿੰਕੂ ਸਾਡੇ ਨਾਲ ਨੇ ਸ਼ਰਮਾ ਜੀ ਕਿਵੇਂ ਦੇਖਦੇ ਹੋ ਕਿ ਹਲਕਾ ਖੜ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਉਮੀਦ ਸੀ ਕਿ ਟਿਕਟ ਮਿਲੇਗੀ ਹੋ ਗਈ ਉਮੀਦ ਪੂਰੀ ਫਿਰ ਅੱਜ ਉਮੀਦ ਪੂਰੀ ਹੋ ਗਈ ਪਰਮਾਤਮਾ ਨੇ ਕੀਤੀ ਆ ਤੁਹਾਡੇ ਚੈਨਲਾਂ ਦੇ ਥਰੂ ਮੇਰੇ ਭਰਾ ਜਿਹੜੇ ਹਲਕੇ ਦੇ ਲੱਗੇ ਹੋਏ ਆ ਬੜੇ ਖੁਸ਼ ਨੇ ਬੜਿਆ ਥਾਂ ਥਾਂ 'ਤੇ ਰੋਕਿਆ ਜਾਂਦਾ ਤੁਹਾਡੇ ਸਾਹਮਣੇ ਆ ਸੋ ਮੈਂ ਇਹਦੇ ਨਾਲ ਨਾਲ ਜਿੱਥੇ ਹਲਕੇ ਦੀ ਮੈਂ ਧੰਨਵਾਦੀ ਹਾਂ ਉੱਥੇ ਮੈਂ ਆਪਦੀ ਪਾਰਟੀ ਦੇ ਹਾਈਕਮਾਂਡ ਦਾ ਧੰਨਵਾਦੀ ਹਾਂ ਜਿਹੜੀ ਨੈਸ਼ਨਲ ਸਾਡੀ ਹਾਈਕਮਾਂਡ ਹੈ ਉਹਦਾ ਮੈਂ ਧੰਨਵਾਦੀ ਹਾਂ ਪੰਜਾਬ ਦੀ ਹਾਈਕਮਾਂਡ ਦਾ ਧੰਨਵਾਦੀ ਹਾਂ ਖਾਸ ਕਰਕੇ ਮੁੱਖ ਮੰਤਰੀ ਜੋ ਸਾਡੇ ਹਲਕੇ ਤੋਂ ਸੀ ਐਮ ਬਣੇ ਹੋਏ ਨੇ ਮਰਿੰਡੇ ਤੋਂ ਉਹਨਾਂ ਦਾ ਮੈਂ ਧੰਨਵਾਦੀ ਹਾਂ ਅਤੇ ਕੀ ਹਲਕਾ ਖੜ ਦੇ ਵਿੱਚ ਮੇਨ ਮੁੱਦੇ ਕੀ ਹੋਣਗੇ ਚੋਣ ਲੜਨ ਜਾ ਰਹੇ ਹੋ ਜਿੱਤਦੇ ਉਸ ਤੋਂ ਬਾਅਦ ਕੀ ਨੇ ਮੇਨ ਮੁੱਦੇ ਕਿ ਹਲਕਾ ਖੜ ਦੇ ਵਿੱਚ ਹੁਣ ਤੱਕ ਨਹੀਂ ਹੋਏ ਕੰਮ ਉਹ ਸਭ ਤੋਂ ਪਹਿਲਾਂ ਕੰਮ ਕਰਨਾ ਸਭ ਨਾਲੋਂ ਬੜਾ ਕੰਮ ਤਾਂ ਜਿਹੜਾ ਮੈਂ ਦੇਖਿਆ ਖਰੜ ਹਲਕੇ ਦਾ ਵਾਟਰ ਸਪਲਾਈ ਦਾ ਜਿਹਨੂੰ ਸਭ ਨਾਲੋਂ ਪਹਿਲਾਂ ਪਹਿਲ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਸੋ ਮੈਂ ਇਸ ਹਲਕੇ ਦੇ ਨਾਲ 1985 ਤੋਂ ਜਦੋਂ ਮੇਰੇ ਬ੍ਰਦਰ ਨੇ ਸੁਦੇਸ਼ ਸ਼ਰਮਾ ਨੇ ਇਲੈਕਸ਼ਨ ਲੜਿਆ ਸੀ ਉਦੋਂ ਤੋਂ ਇਸ ਹਲਕੇ ਦੇ ਨਾਲ ਜੁੜੇ ਹੋਏ ਹਾਂ ਅਸੀਂ ਸੋ ਇਸ ਹਲਕੇ ਦੇ ਕੁਛ ਪਰਿਵਾਰ ਸਾਤੋਂ ਆਉਂਦੇ ਜਾਂਦੇ ਸੀ ਸਾਡੇ ਕੋਲ ਸੋ ਉਹਨਾਂ ਦੇ ਪਿਆਰ ਨੂੰ ਦੇਖਦੇ ਹੋਏ ਮੈਂ ਇਸ ਹਲਕੇ ਨਾਲ ਜੁੜਿਆ ਰਿਹਾ ਸੋ ਮੈਂ ਉਮੀਦ ਕਰਦਾ ਜੋ ਰਹਿ ਗਏ ਕੰਮ ਸਾਡੀ ਪਾਰਟੀ ਤੋਂ ਰਹਿ ਗਏ ਜਾਂ ਸਾਡੇ ਲੋਕਾਂ ਦੇ ਪਿਆਰ ਦੀ ਘਾਟ ਦੇ ਕਾਰਨ ਜੋ ਸਾਡੇ ਨਹੀਂ ਕਰ ਸਕੇ ਜਿਵੇਂ ਪਿਛਲੀ ਵਾਰ ਜਿਹੜਾ MLA ਸੀ ਉਹ ਸਾਡਾ ਝਾੜੂ ਦਾ ਸੀ ਸੋ ਝਾੜੂ ਦੀਆਂ ਆਪ ਪਹਿਲਾਂ ਤਿੱਲਾਂ ਹੋ ਗਈਆਂ 19 ਜਿੱਤ ਕੇ 10 ਆਲੇ ਦੁਆਲੇ ਚਲੇ ਗਏ ਕੋਈ ਕਾਂਗਰਸ ਚਲੇ ਗਿਆ 4 ਮੈਂਬਰ ਪਾਰਲੀਮੈਂਟ ਜਿੱਤੇ 3 ਕਾਂਗਰਸ ਛੱਡ ਕੇ ਚਲੇ ਗਏ ਸੋ ਮੈਂ ਉਹਨਾਂ ਦੀਆਂ ਆਪਾਂ ਕੀ ਗੱਲਾਂ ਕਰਨੀਆਂ ਅੱਗੇ ਵੀ ਉਹਨਾਂ ਨੇ ਜਿਹੜਾ ਕੈਂਡੀਡੇਟ ਦਿੱਤਾ ਉਹ ਵੀ ਇਸੇ ਤਰ੍ਹਾਂ ਮਾਨਸਾ ਤੋਂ ਲੈ ਕੇ ਉਰੇ ਤਾਰਦਾ ਜਦ ਤੱਕ ਮੈਂ ਮੇਰੀ ਆਪ ਦੀ ਸੋਚ ਹੈ ਜਦੋਂ ਤੱਕ ਹਲਕੇ ਦਾ ਜੰਮ ਪਲਾ ਜਾਂ ਹਲਕੇ ਦਾ ਨਾ ਹੋਵੇ ਉਦੋਂ ਤੱਕ ਇਹ ਕੁਛ ਹੁੰਦਾ ਰਹਿੰਦਾ ਸੋ ਮੈਂ ਪਰਮਾਤਮਾ ਦੇ ਬੜਾ ਆਭਾਰੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਸੇਵਾ ਕਰਨ ਦਾ ਸੋ ਸਾਡਾ ਪਰਿਵਾਰ ਪਹਿਲਾਂ ਤੋਂ ਸ਼ਹੀਦੀ ਪਰਿਵਾਰ ਹੈ ਸੋ ਪਾਰਟੀ ਦੇ ਵਿੱਚ ਪਹਿਲਾਂ ਤਾਂ ਨਾਲ ਖੜ੍ਹੇ ਰਹੇ ਹਾਂ ਮਾੜੇ ਚੰਗੇ ਟਾਈਮ ਸਾਰੇ ਅਸੀਂ ਪਾਰਟੀ ਦੇ ਵਿੱਚ ਦੇਖੇ ਨੇ ਸੋ ਮੈਂ ਉਹੀ ਉਮੀਦ ਹੁਣ ਕਰਦਾ ਵੀ ਪਬਲਿਕ ਜਿਵੇਂ ਮੇਰੇ ਨਾਲ ਮੇਰੇ ਹਲਕੇ 'ਚ ਚਾਹੇ ਮਰਿੰਡੇ 'ਚ ਚਾਹੇ ਰੋਪੜ ਜ਼ਿਲ੍ਹੇ 'ਚ ਸੋ ਚਾਹੇ ਮੈਂ ਮੋਹਾਲੀ ਦਾ ਚੇਅਰਮੈਨ ਲੱਗਿਆ 2 ਸਾਲ ਤੋਂ ਬੜੀ ਮੈਂ ਸੇਵਾ ਕਰ ਰਿਹਾ ਪਿੰਡਾਂ ਨੂੰ ਵੀ ਮੈਂ ਪੈਸੇ 17 ਕਰੋੜ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਨੇ ਸਾਰੇ ਸਰਪੰਚ ਸਾਹਿਬਾਨ ਖੜ੍ਹੇ ਨੇ ਸੋ ਮੈਂ ਭਾਗਿਆਸ਼ਾਲੀ ਸਮਝਦਾ ਆਪਣੇ ਆਪ ਨੂੰ ਜਿਹੜਾ ਮੈਨੂੰ ਪਾਰਟੀ ਨੇ ਇਸ ਕੰਸਟੀਚੁਐਂਸੀ ਖਰੜ ਕੰਸਟੀਚੁਐਂਸੀ ਵਾਸਤੇ ਨਵਾਜਿਆ ਸੋ ਮੈਂ ਉਹ ਆਪਣੇ ਬਚਨਾਂ 'ਤੇ ਲੋਕਾਂ ਦੀ ਸੇਵਾ ਕਰਕੇ ਅਤੇ ਆਪ ਦੇ ਇਮਾਨਦਾਰੀ ਨਾਲ ਜੋ ਮੈਂ ਕਰਦਾ ਰਿਹਾ ਜਿਹਦੇ ਨਾਲ 92 ਤੋਂ ਲੈ ਕੇ ਹੁਣ ਤੱਕ ਮੇਰਾ ਪਾਰਟੀ 'ਚ ਸਤਿਕਾਰ ਹੁੰਦਾ ਰਿਹਾ ਉਹਦੇ ਨਾਲ ਹੀ ਉਹਨੂੰ ਬਰਕਰਾਰ ਰੱਖਦੇ ਹੋਏ ਮੈਂ ਸੇਵਾ ਕਰਦਾ ਰਹੂੰਗਾ ਸਹੂਲਤਾਂ ਨੂੰ ਲੈ ਕੇ ਬਹੁਤ ਸਵਾਲ ਉੱਠੇ ਨੇ ਕਹਿੰਦਾ ਕਿ ਕੁਰਾਲੀ ਦਾ ਜਿਹੜਾ ਹਸਪਤਾਲ ਹੈ ਜਾਂ ਬੂਥਗੜ੍ਹ ਦਾ ਉਹ ਅਪਗ੍ਰੇਡ ਨਹੀਂ ਹੋਇਆ ਤੁਸੀਂ ਜਿੱਤਦੇ ਹੋ ਇੱਥੋਂ ਸਭ ਤੋਂ ਪਹਿਲਾਂ ਸਿਹਤ ਸਹੂਲਤਾਂ 'ਤੇ ਫੋਕਸ ਹੋਏਗਾ ਤੁਹਾਡਾ ਸਭ ਨਾਲੋਂ ਪਹਿਲਾਂ ਪਾਣੀ ਦਾ ਅਤੇ ਫਿਰ ਸਿਹਤ ਦਾ ਬਹੁਤ ਜ਼ਰੂਰੀ ਹੈ ਫਿਰ ਐਜੂਕੇਸ਼ਨ ਦਾ ਬਹੁਤ ਮੈਂ ਦੇਖਿਆ ਪਿੰਡਾਂ ਵਿੱਚ ਸਕੂਲ ਸਾਡੇ ਬੱਚੇ ਬੱਚੀਆਂ 5-5 4-4 ਕਿਲੋਮੀਟਰ ਜਾਂਦੀਆਂ ਉਹ ਵੀ ਜਿਹੜੇ
मुढ़ले काम है, मैं अपने आप समझदा ये मुढ़ले काम है। मैं प्रेजिडेंट भी रहा 92 तो लेकर लगातार म्युनिसिपल काउंसिल मोरिंडे का मैंबर भी चुने आ रहा। सो यही मेरा प्यार है जे मैं लोगों नाल बना के रखी है 92 तो लेके मोरिंडा म्युनिसिपल कमेटी अज तक कांग्रेस की कमेटी है। सो उस तरह मैं इत्थे चाहांगा साडी कांग्रेस की सीट है, कांग्रेस दे नूं प्यार करते हैं लोग पुराने साडे इलाके दे। सो मैं उस तरह सेवा करूँगा। देर लाती हाईकमान ने सीट लाने क्या लगता है कि घुमलोंगे इलाके दे विच लोग जुड़नगे, क्योंकि 35 दस्या जांदा कहिंदा 35 आगू सी दावेदार सीट ते मनाओगे कहीं रुस्से ही फिरदे ने थोड़े तो जिहड़े दावेदार हैं। मेरी आप दी सोच है, साडा इक परिवार है, जिहड़े परिवार दे विच चाहे छोटे तो छोटा वर्कर है उहदा भी हक बनता है। मैं किसी नूं डरा के या घूर के नहीं कहिंदा, हो सकता कोई पुराने कहिंदे होण इह गल्लां, मैं तो उन्हां प्यार करदा प्यारे करूँगा, मेरे दूर रहना नहीं उन्होंने, मैनू आप दा पता। जसविंदर जस्सी ने अज इस्तीफा देता कहिंदा अपने अहुदे तों। दूजे पासे ये भी गल्लां चल रही ने, कहिंदा जगमोहन सिंह कंग आजाद उम्मीदवार लड़ रहे ने चोण, तां मुकाबला होएगा 92 ਵਿੱਚ ਜਦੋਂ ਸਾਨੂੰ ਛੱਡ ਕੇ ਜਗਮੋਹਨ ਕੰਗ ਨੂੰ ਦਿੱਤੀ ਸੀ, ਅਸੀਂ ਤਾਂ ਕੋਈ ਨਹੀਂ ਗਏ। ਮੈਂ ਤਾਂ ਸਮਝਦਾ ਵੀ ਉਹ ਪਾਰਟੀ ਦਾ ਚੰਗਾ ਸੇਵਾਦਾਰ ਹੀ ਨਹੀਂ ਹੈ, ਮੈਨੂੰ ਤਾਂ ਉਮੀਦ ਨਹੀਂ ਹੈ ਵੀ ਉਹ ਛੱਡਣਗੇ, ਉਹ ਤਾਂ ਪਾਰਟੀ ਦੇ ਚੰਗੇ ਸੇਵਾਦਾਰ ਹੈ। ਸੋ ਉਹ ਤਾਂ ਪਾਰਟੀ ਦੇ ਵਿੱਚ ਰਹਿਣਗੇ, ਪਾਰਟੀ ਦੇ ਵਿੱਚ ਬੜੇ ਅਹੁਦੇ ਨੇ, ਜਦੋਂ ਸਮੇਂ ਸਮੇਂ ਸਿਰ ਸੇਵਾ ਕਰਨ ਦਾ ਮੌਕਾ ਮਿਲਦਾ। ਡਿਸਟ੍ਰਿਕਟ ਪ੍ਰੈਜੀਡੈਂਟੀਆਂ ਵੀ ਹੈਗੀਆਂ, ਸਟੇਟ ਪ੍ਰੈਜੀਡੈਂਟੀਆਂ ਵੀ ਹੈਗੀਆਂ, ਸਟੇਟ 'ਚ ਜਨਰਲ ਸੈਕਟਰੀ ਵੀ ਹੈਗੇ, ਬਹੁਤ ਦਾ ਸੇਵਾ ਪਾਰਟੀ ਦੀ ਸੇਵਾ ਕਰਨੀ ਚਾਹੀਦੀ ਹੈ। ਮੈਂ ਪਾਰਟੀ ਦੀ ਸੇਵਾ ਖੁਦ ਕਰੀ ਹੈ, ਮੈਂ ਡਿਸਟ੍ਰਿਕਟ ਪ੍ਰੈਜੀਡੈਂਟ ਵੀ ਰਿਹਾ, ਮੈਂ ਹੁਣ ਪਲਾਨਿੰਗ ਬੋਰਡ ਦਾ ਚੇਅਰਮੈਨ ਵੀ ਹਾਂ। ਇਸ ਨੂੰ ਲੈ ਕੇ ਕਈ ਵਾਰ ਇਹ ਕਿਹਾ ਜਾਂਦਾ ਕਹਿੰਦਾ ਕਿ 28-30 ਸਾਲ ਤੋਂ ਸਿੱਖ ਚਿਹਰਾ ਆਉਂਦਾ ਰਿਹਾ ਹਲਕਾ ਖੜ ਦੇ ਵਿੱਚ, ਹੁਣ ਹਿੰਦੂ ਚਿਹਰੇ ਨੂੰ ਲੈ ਕੇ ਕਹਿੰਦਾ ਦਾਅ ਖੇਲਿਆ ਕਾਂਗਰਸ ਨੇ, ਇਹ ਜਿਹੜਾ ਹਿੰਦੂ ਚਿਹਰੇ ਨੂੰ ਲੈ ਕੇ ਦਾਅ ਖੇਲਿਆ ਗਿਆ ਤਾਂ ਲੱਗਦਾ ਕਿ ਲੋਕ ਦੇਣਗੇ ਸਤਿਕਾਰ, ਜਿਤਾਉਣਗੇ ਥੋਤੋ ਇੱਥੇ ਲੋਕ, ਲੱਗਦਾ ਕਿ ਤੁਹਾਡੇ ਨਾਲ ਲੋਕ ਉਸ ਤਰੀਕੇ ਨਾਲ ਫੋਨ ਆਉਂਦੇ ਨੇ, ਕਾਲ ਜਦੋਂ ਟਿਕਟ ਐਲਾਨ ਹੋਈ ਹੈ ਰਾਤ ਨੂੰ ਅਸੀਂ ਵੀ ਬ੍ਰੇਕਿੰਗ ਨਿਊਜ਼ ਚਲਾਈਏ, 50,000 ਬੰਦੇ ਨੇ ਕਹਿੰਦਾ ਤੁਹਾਡੀ ਬ੍ਰੇਕਿੰਗ ਨਿਊਜ਼ ਦੇਖੀ ਹੈ। ਬੜਾ ਪਿਆਰ ਮਿਲਿਆ ਇੱਥੇ, ਜਿਹੜੀ ਕਾਂਗਰਸ ਪਾਰਟੀ ਆ ਉਹ ਕਿਸੇ ਬਰਾਦਰੀ ਦਾ ਕਿਸੇ ਦਾ ਉਹਦਾ ਨਹੀਂ ਹੈ, ਇਹ ਤਾਂ ਸਾਰਿਆਂ ਨੂੰ ਪਤਾ। ਇੱਕੋ ਇੱਕ ਪਾਰਟੀ ਆ ਹਿੰਦੁਸਤਾਨ ਦੀ ਜਿਹੜੀ ਸਾਰੀਆਂ ਕੌਮਾਂ ਨੂੰ ਨਾਲ ਲੈ ਕੇ ਚੱਲਦੀ ਹੈ। ਸੋ ਸਾਡਾ ਸਾਂਝਾ ਫਰੰਟ ਆ, ਸਾਡੇ ਨਾਲ ਕੋਈ ਇਹ ਗੱਲ ਹਿੰਦੂ ਸਿੱਖ ਵਾਲੀ ਕੋਈ ਗੱਲ ਨਹੀਂ ਹੈ। ਮੇਰੇ ਭਰਾ ਹੈ, ਮੇਰੇ ਭੈਣ ਭਾਈ ਹੈ, ਮੇਰਾ ਪਰਿਵਾਰ ਆ, ਮੈਂ ਇਸ ਨੂੰ ਪਹਿਲਾਂ ਤਾਂ ਕੰਸਟੀਚੁਐਂਸੀ ਨੂੰ ਆਪਦਾ ਪਰਿਵਾਰ ਸਮਝਦਾ। ਠੀਕ ਹੈ, ਬਿਲਕੁਲ ਸੰਜੀਵ ਕੁਮਾਰ। ਵਿੱਕੀ ਜੀ ਕਿਵੇਂ ਦੇਖਦੇ ਹੋ ਕਿ ਅੱਜ ਟਿੰਕੂ ਸ਼ਰਮਾ ਜੀ ਆਏ ਨੇ, ਸਵਾਗਤ ਹੋਇਆ ਤੁਹਾਡੇ ਪੰਚਾਂ ਸਰਪੰਚਾਂ ਵੱਲੋਂ, ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਅਸੀਂ ਧੰਨਵਾਦ ਕਰਦੇ ਹਾਂ ਆਪਣੀ ਹਾਈ ਕਮਾਂਡ ਦਾ, ਜਿਨ੍ਹਾਂ ਨੇ ਇਹ ਵਰਕਰ ਪੂਰੇ ਖਰੜ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਇਹ ਡਿਮਾਂਡ ਸੀ ਕਿ ਚਿਹਰਾ ਚੇਂਜ ਹੋਣਾ ਚਾਹੀਦਾ, ਤਾਂ ਬਹੁਤ ਵਧੀਆ ਗੱਲ ਹੈ ਕਿ ਚਿਹਰਾ ਸਾਡਾ ਚੇਂਜ ਹੋਇਆ। ਸਾਡੇ ਬੜੇ ਵੀਰ ਜੀ ਟਿੰਕੂ ਸ਼ਰਮਾ ਜੀ, ਪੂਰੇ ਹਲਕੇ ਦੇ ਵਿੱਚ ਇੱਕ ਇਹੋ ਜਿਹੀ ਲਹਿਰ ਚੱਲ ਪੈਣੀ ਹੈ ਹੁਣ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ, ਤੁਹਾਡੇ ਸਾਹਮਣੇ ਹੋਣਾ ਹੈ ਕਿ ਟਿੰਕੂ ਜੀ ਸਾਡੇ ਬਿਲਕੁਲ ਜਿੱਤ ਕੇ ਸਭ ਤੋਂ ਇੱਕ ਨੰਬਰ ਦੇ ਨੁਹਾਰ ਬਦਲਣਗੇ ਹਲਕਾ ਖੜ੍ਹ। ਬਿਲਕੁਲ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਇੱਕ ਧਮਾਕਾ ਹੋਣ ਵਾਲਾ, ਧਮਾਕਾ ਹੋ ਚੁੱਕਿਆ ਹੈ, ਨੁਹਾਰ ਬਦਲੇਗੀ, ਕਾਂਗਰਸ ਪਾਰਟੀ ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਵਰਕਰਾਂ ਸਰਪੰਚਾਂ ਪੰਚਾਂ ਵੱਲੋਂ ਅੱਜ ਸਵਾਗਤ ਹੋਇਆ ਟਿੰਕੂ ਸ਼ਰਮਾ ਦਾ ਨਿਊ ਚੰਡੀਗੜ੍ਹ ਦੇ ਵਿੱਚ। ਟਿਕਟ ਮਿਲਣ ਤੋਂ ਬਾਅਦ ਇਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਕੰਮ ਹਲਕਾ ਖੜ੍ਹ ਵਿੱਚ ਰਹਿੰਦੇ ਨੇ ਸਭ ਤੋਂ ਪਹਿਲ ਦੇ ਆਧਾਰ ਤੇ ਹੋਣਗੇ। ਪਾਣੀ ਸਮੱਸਿਆ ਦੱਸਿਆ, ਸਿਹਤ ਸਹੂਲਤਾਂ ਨੂੰ ਲੈ ਕੇ ਦੱਸਿਆ, ਉਹਨਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਹਲਕਾ ਖੜ੍ਹ ਤੋਂ ਚੋਣ ਲੈ ਕੇ ਜਿੱਤਣਗੇ ਉਸ ਤੋਂ ਬਾਅਦ ਇਹ ਸਾਰੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ। ਤਾਂ ਹੁਣ ਦੇਖਦੇ ਹਾਂ ਹਲਕਾ ਖੜ੍ਹ ਦੇ ਵਿੱਚ ਕਾਂਗਰਸ ਬਾਜੀ ਮਾਰਦਾ ਜਾਂ ਫਿਰ ਕੋਈ ਹੋਰ ਸਿਆਸੀ ਪਾਰਟੀ। ਤੁਹਾਡੇ ਨਾਲ ਕੈਮਰਾਮੈਨ ਮਨੋਜ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼, ਨਿਊ ਚੰਡੀਗੜ੍ਹ।